ਪੰਜਾਬੀ ਗਾਇਕ ਰਣਜੀਤ ਬਾਵਾ ਨਾਲ ਜੁੜਿਆ ਨਵਾਂ ਵਿਵਾਦ। ਖਰੜ ਦੀ ਐਕਮੀ ਸੋਸਾਇਟੀ ਵਿੱਚ ਰਹਿਣ ਵਾਲੇ ਬੱਚੇ ਨੇ ਗਾਇਕ ਤੇ ਕੁੱਟਮਾਰ ਕਰਨ ਦਾ ਦੋਸ਼ ਲਗਾਇਆ। ਗਾਇਕ ਨੇ ਦੋਸ਼ ਨਕਾਰੇ। ਪੰਜਾਬੀ ਦੇ ਮਸ਼ਹੂਰ ਗਾਇਕ ਰਣਜੀਤ ਬਾਵਾ ਇੱਕ ਨਵੇਂ ਵਿਵਾਦ ਵਿੱਚ ਫਸ ਗਏ ਹਨ। ਪਿਛਲੇ ਸਮੇਂ ਦੌਰਾਨ ਆਏ ਆਪਣੇ ਗੀਤ ਮੇਰਾ ਕੀ ਕਸੂਰ ਤੋਂ ਬਾਅਦ ਅੰਤਰਰਾਸ਼ਟਰੀ ਪੱਧਰ ਤੇ ਸਮਰਥਨ ਹਾਸਲ ਕਰਨ ਵਾਲੇ ਰਣਜੀਤ ਬਾਵਾ ਤੇ ਖਰੜ ਵਿੱਚ ਸਥਿਤ ਐਕਮੇ ਸੋਸਾਇਟੀ ਵਿੱਚ ਰਹਿਣ ਵਾਲੇ ਇੱਕ ਬੱਚੇ ਨੇ ਇਲਜ਼ਾਮ ਲਗਾਇਆ ਹੈ ਕਿ ਗਾਇਕ ਅਤੇ ਉਸਦੇ ਬਾਉਂਸਰਾਂ ਵੱਲੋਂ ਉਸਦੀ ਕੁੱਟਮਾਰ ਕੀਤੀ ਗਈ ਹੈ। ਗਾਇਕ ਰਣਜੀਤ ਬਾਵਾ ਵੀ ਇਸੇ ਸੋਸਾਇਟੀ ਦੇ ਵਸਨੀਕ ਹਨ। ਜਸ਼ਨ ਨਾਮ ਦੇ ਬੱਚੇ ਦਾ ਇਲਜ਼ਾਮ ਹੈ ਕਿ ਸ਼ਨੀਵਾਰ ਦੀ ਸ਼ਾਮ ਵੇਲੇ ਉਹ ਸੋਸਾਇਟੀ ਵਿੱਚ ਆਪਣੇ ਦੋਸਤ ਬੱਚਿਆਂ ਨਾਲ ਸਾਈਕਲ ਚਲਾ ਰਿਹਾ ਸੀ ਅਤੇ ਉਸ ਵੇਲੇ ਪੰਜਾਬੀ ਗਾਇਕ ਵੀ ਉੱਥੇ ਸੈਰ ਕਰ ਰਹੇ ਸਨ। ਜਸ਼ਨ ਨੇ ਦੱਸਿਆ ਤੇ ਉਹ ਪਿੱਛੋਂ ਆਪਾਂ ਨੂੰ ਕਹਿ ਰਹੇ ਸੀ ਵੀ ਗੰਦੀ ਵਰਡਿੰਗ ਯੂਜ਼ ਕੀਤੀ ਉਹਨਾਂ ਨੇ ਵੀ ਭਾਜੋ ਇੱਥੋਂ ਇੱਦਾਂ, ਫਿਰ ਉੱਥੇ ਸਾਨੂੰ ਅਬਿਊਜ਼ ਲੈਂਗੁਏਜ ਕੀਤੀ ਅਤੇ ਅਸੀਂ ਇੱਥੋਂ ਭੱਜ ਗਏ ਅਤੇ ਫਿਰ ਬਾਅਦ 'ਚ ਵਿੱਚ ਅਸੀਂ ਵੀ ਬੋਲਿਆ ਉਹਨਾਂ ਨੂੰ ਅਤੇ ਫਿਰ ਬਾਅਦ 'ਚ ਤਿੰਨ ਬੰਦੇ ਉਹਨਾਂ ਨੇ ਪਿੱਛੇ ਭੇਜ ਕੇ ਅਤੇ ਫਿਰ ਉਹਨਾਂ ਨੇ ਸਾਨੂੰ ਤੈਨੂੰ ਬੋਲਣਾ, ਸਿਰਫ ਗੁੱਸੇ ਤਾਂ ਨਹੀਂ ਹੋ ਗਿਆ, ਤੈਨੂੰ ਸਮਝਾਉਣਾ ਹੀ ਹੈ ਇੱਥੇ, ਬਿਨਾਂ ਸਮਝਾਏ ਮੇਰੇ 5-6 ਥੱਪੜ ਮਾਰੇ ਅਤੇ ਉੱਪਰ ਬਾਅਦ ਵਿੱਚ ਫਲੈਟ 'ਚ ਲੈ ਕੇ ਮੈਨੂੰ। ਜਸ਼ਨ ਦੀ ਮਾਤਾ ਸਰਬਜੀਤ ਕੌਰ ਨੇ ਦੱਸਿਆ ਸਾਰੇ ਬੱਚੇ ਕਰ ਰਹੇ ਸੀ ਔਰ ਰਣਜੀਤ ਬਾਵਾ ਜੋ ਸਿੰਗਰ ਹੈ ਇੱਥੇ ਵਾਕ ਕਰਾ ਰਹੇ ਸੀ ਆਪਣੀ ਡੌਗ ਨੂੰ ਅਤੇ ਬੱਚੇ ਪਿੱਛੇ ਪਿੱਛੇ ਜਾ ਰਹੇ ਉਹਨਾਂ ਦੇ। ਚਲੋ ਕੋਈ ਨਹੀਂ, ਸਿੰਗਰ ਹੈ, ਲਾਈਕ ਕਰਦੇ ਆ, ਫਿਰ ਕੀ ਇਹਨਾਂ ਨੂੰ ਬਹੁਤ ਉਹ ਗਲਤ ਬੋਲੇ, ਗਾਲੀਆਂ ਗਲੋਚਾਂ ਕੱਢੀਆਂ ਕਾਫੀ, ਮੈਂ ਤੁਹਾਨੂੰ ਦੱਸ ਨਹੀਂ ਸਕਦੀ, ਕਾਫੀ ਉਹਨਾਂ ਨੇ ਗੰਦੀ ਵਰਡਿੰਗ ਯੂਜ਼ ਕੀਤੀ ਹੈ, ਮੈਂ ਮੀਡੀਆ 'ਚ ਨਹੀਂ ਦੱਸ ਸਕਦੀ। ਉਸ ਤੋਂ ਬਾਅਦ ਫਿਰ ਬੱਚੇ ਵੀ ਕੁਛ ਬੋਲ ਪਏ ਹੋਣੇ, ਸਾਰੇ ਬੱਚੇ ਸੀ, ਬੱਚੇ ਬੋਲ ਪਏ, ਤੁਸੀਂ ਉੱਦਾਂ ਉਹਨਾਂ ਨੂੰ ਸਮਝਾਓ, ਮਾਰਨ ਦਾ ਤਾਂ ਕੋਈ ਕੰਮ ਨਹੀਂ ਆ। ਜਸ਼ਨ ਦੇ ਪਿਤਾ ਕਮਲਜੀਤ ਸਿੰਘ ਨੇ ਦੱਸਿਆ ਮੈਂ ਵੀ ਉਸੇ ਸੋਸਾਇਟੀ 'ਚ ਰਹਿ ਰਿਹਾ ਪਿਛਲੇ 7 ਸਾਲ ਤੋਂ ਔਰ ਜੋ ਸਿੰਗਰ ਆ ਰਣਜੀਤ ਬਾਵਾ ਉਹ ਵੀ ਮੇਰੇ ਕੋਲ ਉਸੇ ਸੋਸਾਇਟੀ 'ਚ ਰਹਿ ਰਹੇ ਆ ਅਤੇ ਮੇਰਾ ਬੇਟਾ ਜਸਪ੍ਰੀਤ ਸਿੰਘ ਜਿਹਦੀ ਉਮਰ ਤਕਰੀਬਨ 13 ਤੋਂ 14 ਸਾਲ ਹੈ ਅਤੇ ਉਹ ਸ਼ਾਮ ਨੂੰ ਸੋਸਾਇਟੀ 'ਚ ਸਾਈਕਲਿੰਗ ਕਰਦੇ, ਸਾਰੇ ਬੱਚੇ ਕਰਦੇ ਨੇ ਜਿੱਦਾਂ ਗਰੁੱਪ ਦੇ ਵਿੱਚ ਕਰ ਰਹੇ ਆ ਅਤੇ ਰਣਜੀਤ ਬਾਵਾ ਥੋੜ੍ਹਾ ਅੱਗੇ ਜਾ ਰਿਹਾ ਸੀ, ਇਹ ਪਿੱਛੇ ਜਾ ਰਹੇ ਸੀ। ਆਈ ਡੋਂਟ ਨੋ, ਮੈਨੂੰ ਨਹੀਂ ਪਤਾ ਉਹਨਾਂ ਨੂੰ ਮਿਸਅੰਡਰਸਟੈਂਡਿੰਗ ਹੋਈ ਤਾਂ ਉਹਨਾਂ ਨੇ ਕਿਹਾ ਕਿ ਤੁਸੀਂ ਮੇਰਾ ਪਿੱਛਾ ਕਰ ਰਹੇ ਹਾਂ, ਹਾਲਾਂਕਿ ਸੋਸਾਇਟੀ ਸਭ ਦੀ ਸਾਂਝੀ ਹੈ, ਸਭ ਸੈਰ ਕਰ ਰਹੇ ਨੇ ਉੱਥੇ, ਜਦੋਂ ਵੀ ਪਿੱਛੇ ਸੀ ਤਾਂ ਸ਼ਬਦਾਵਲੀ ਮੰਦੀ ਕੋਲ ਕੇ ਇਹਨਾਂ ਨੂੰ ਭਜਾ ਦਿੱਤਾ ਅਤੇ ਕੁਛ ਬੱਚਿਆਂ ਨੇ ਵੀ ਕਿਹਾ, ਜਦੋਂ ਬੱਚਿਆਂ ਨੂੰ ਗੁੱਸਾ ਆਇਆ ਤਾਂ ਬੱਚੇ ਨੇ ਵੀ ਕਿਹਾ। ਅੱਜ ਸਾਰੇ ਤੁਸੀਂ ਇੱਕ ਪਾ ਕੇ ਸਿੱਧੂ ਮੂਸੇਵਾਲਾ ਵੀ ਹਿੱਟ ਹਿੱਟ ਹੈ ਕਲਾਕਾਰ, ਉਹ ਇਸ ਤਰ੍ਹਾਂ ਉਹਨਾਂ ਟਿੱਪਣੀ ਕਰਦੀ ਸਿੱਧੂ ਮੂਸੇਵਾਲ ਬਾਰੇ, ਪਰ ਛੋਟਾ ਬੱਚਾ ਸੀ ਐਡਾ ਵੀ ਉਹਨਾਂ ਨੂੰ ਕੋਈ ਉਹਨਾਂ ਨੂੰ ਉਹ ਨਹੀਂ ਕੀਤਾ ਅਤੇ ਉਸ ਤੋਂ ਬਾਅਦ ਇਹਨੇ ਆਪਦੇ ਬਾਉਂਸਰ ਭੇਜੇ, 7-4-5 ਬਾਉਂਸਰ ਇਹਦੇ ਰਹਿੰਦੇ ਨੇ ਇਸ ਇਹਦੇ ਫਲੈਟ ਦੇ ਵਿੱਚ ਅਤੇ ਉੱਥੇ ਬਾਉਂਸਰ ਪਿੱਛੇ ਭੇਜ ਕੇ ਔਰ ਬੱਚੇ ਨੂੰ ਉੱਥੋਂ ਲੈ ਕੇ ਫੁਸਲਾ ਕੇ ਲੈ ਕੇ ਆਏ ਕਿ ਆ ਜਾ ਤੇਰੇ ਨਾਲ ਥੋੜ੍ਹੀ ਬਹੁਤ ਗੱਲ ਕਰਨੀ ਹੈ, ਬਾਬਾ ਨੇ ਸਮਝਾਉਣਾ ਅਤੇ ਉਹ ਪਿੱਕ ਕਰਨੀ ਹੈ ਇਕੱਲੇ ਨੂੰ ਔਰ ਬੱਚਾ ਗੱਲਾਂ ਦੇ ਵਿੱਚ ਆ ਗਿਆ, ਉੱਥੇ ਆ ਗਿਆ ਔਰ ਜਾਣ ਦੇ ਸਾਰ ਹੀ ਮੇਰੇ ਬੱਚੇ ਦੀ ਸਪੈਕਸ ਲੱਗੀ, 4-5 ਥੱਪੜ ਇੰਨੇ ਜ਼ੋਰ ਨਾਲ ਮਾਰਿਆ ਕਿ ਬੱਚੇ ਦੀ ਸਪੈਕਸ ਗਿਰ ਗਈ ਹੈ ਔਰ ਇਹਨੂੰ ਸੁੱਚਣੇ ਮਤਲਬ ਇਹਨੂੰ ਲੱਗਿਆ ਕਿ ਮੇਰੇ ਨਾਲ ਕੀ ਹੋ ਗਿਆ, ਇੰਨੇ ਥੱਪੜ ਮਾਰੇ। ਉਸ ਤੋਂ ਬਾਅਦ ਇਹਨੂੰ ਉੱਪਰ ਵੀ ਲੈ ਕੇ ਗਏ ਕਿ ਇਹਨੂੰ ਕਰੋ, ਇਹਦੇ ਮਾਂ ਬਾਪ ਨੂੰ ਬੁਲਾਓ, ਇਹਨੇ ਰਿਮੋਟ ਕੰਟਰੋਲ ਤਾਂ ਬਾਬੇ ਕੋਲ ਸੀ ਨਾ ਇਹਨਾਂ ਦਾ ਸਾਰਾ ਕੁਛ, ਉਹਨਾਂ ਨੇ ਕਰਵਾਇਆ ਐਟਲੀਸਟ ਔਰ ਹੁਣ ਆਹ ਪਿੱਛੇ ਹੋ ਗਿਆ ਅਤੇ ਉਹਦੇ ਜਿਹੜੇ ਅੱਗੇ ਜੇ ਰੱਖੇ ਮੋਸਟਰ ਉਹ ਫਿਰ ਅੱਗੇ ਆ ਰਹੇ ਆ ਜੀ, ਅਸੀਂ ਇਹ ਜੀ ਆ, ਹੁਣ ਸਭ ਗੱਲਾਂ ਤੋਂ ਮੁੱਕ ਰਿਹਾ ਜੀ, ਅਸੀਂ ਕੁਛ ਨਹੀਂ ਕਿਹਾ, ਰਾਤ ਸਾਰਾ ਕੁਛ ਮੰਨਿਆ ਕਿ ਅਸੀਂ ਥੱਪੜ ਵੀ ਮਾਰਿਆ, ਹੁਣ ਹੁਣ ਰਾਤ ਮੰਨਿਆ ਕਿ ਮੈਂ 4-5 ਥੱਪੜ ਮਾਰਿਆ, ਹੁਣ ਕਹਿੰਦਾ ਮੈਂ 2 ਥੱਪੜ ਮਾਰਿਆ, ਗੱਲ ਤਾਂ ਮੁੱਕ ਰਹੇ ਨੇ ਔਰ ਸ਼ਰਮ ਹੋਣੀ ਚਾਹੀਦੀ ਇਹਨੂੰ ਇਸ ਚੀਜ਼ ਵਾਸਤੇ। ਇਸ ਸੰਬੰਧੀ ਪੰਜਾਬੀ ਗਾਇਕ ਰਣਜੀਤ ਬਾਵਾ ਨਾਲ ਸੰਪਰਕ ਕਰਨ ਲਈ ਜਦੋਂ ਉਹਨਾਂ ਦੇ ਨੰਬਰ ਤੇ ਕਾਲ ਕੀਤੀ ਗਈ ਤਾਂ ਫੋਨ ਚੁੱਕਣ ਵਾਲੇ ਨੇ ਕਿਹਾ ਕਿ ਜੋ ਵੀ ਗੱਲ ਕਰਨੀ ਹੈ ਉਹਨਾਂ ਨਾਲ ਹੀ ਕੀਤੀ ਜਾਵੇ। ਜਦੋਂ ਉਹਨਾਂ ਤੋਂ ਸੋਸਾਇਟੀ ਦੇ ਬੱਚੇ ਜਸ਼ਨ ਵੱਲੋਂ ਲਗਾਏ ਗਏ ਦੋਸ਼ਾਂ ਬਾਰੇ ਪੁੱਛਿਆ ਤਾਂ ਪਹਿਲਾਂ ਤਾਂ ਉਹਨਾਂ ਕਿਹਾ ਕਿ ਉਹ ਇਸ ਬਾਰੇ ਕੁਝ ਨਹੀਂ ਕਹਿਣਾ ਚਾਹੁੰਦੇ ਅਤੇ ਇਸ ਬਾਰੇ ਖਰੜ ਦੇ SHO ਨਾਲ ਗੱਲ ਕੀਤੀ ਜਾਵੇ। ਫਿਰ ਉਹਨਾਂ ਕਿਹਾ ਕਿ ਜਿਹੜਾ ਬੱਚਾ ਇਹ ਇਲਜ਼ਾਮ ਲਗਾ ਰਿਹਾ ਹੈ ਉਸਨੂੰ ਵੀ ਪਤਾ ਹੈ ਕਿ ਉਸਨੇ ਕੀ ਕਸੂਰ ਕੀਤਾ ਹੈ। ਗਾਇਕ ਰਣਜੀਤ ਬਾਵਾ ਨਾਲ ਗੱਲ ਕਰਵਾਉਣ ਬਾਰੇ ਕਹਿਣ ਤੇ ਉਹਨਾਂ ਨੇ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਗਾਇਕ ਨਾਲ ਗੱਲ ਕਰਵਾਉਣੀ ਸੰਭਵ ਨਹੀਂ ਹੈ। ਸੰਪਰਕ ਕਰਨ ਤੇ ਖਰੜ ਦੇ SHO ਭਗਵੰਤ ਸਿੰਘ ਨੇ ਕਿਹਾ ਕਿ ਇਸ ਤਰ੍ਹਾਂ ਸੀਗਾ, ਸਾਡੇ ਕੋਲ ਰਿਟਨ ਰਿਪੋਰਟ ਕੋਈ ਨਹੀਂ ਆਈ ਹੈ, ਰਾਤ 112 PCR ਆਪਣੀ ਜਿਹੜੀ ਹੈ ਪੁਲਿਸ ਕੰਟਰੋਲ ਰੂਮ 'ਤੇ ਫੋਨ ਆਇਆ ਸੀਗਾ ਕਿ ਏਕ ਮੇ ਹੈ ਕਿਸੇ ਕੋਲ ਕੱਟ ਹੋਇਆ ਵਾ, ਉੱਥੇ ਜਾ ਕੇ ਦੇਖੋ, ਸਾਡੀ PCR ਪਾਰਟੀ ਮੌਕੇ 'ਤੇ ਗਈ ਸੀ, ਦੋਨਾਂ ਪਾਰਟੀ ਨੂੰ ਸਵੇਰੇ ਕਹਿਤਾ ਸੀ ਵੀ ਥਾਣੇ ਆਇਓ, ਅੱਜ ਦੋਨੋਂ ਪਾਰਟੀਆਂ ਥਾਣੇ ਆਈਆਂ ਸੀਗੀਆਂ ਜੀ, ਅਤੇ ਉਹ ਬਾਹਰ ਆਪਣੇ ਕੰਪਰੋਮਾਈਜ਼ ਕਰਕੇ ਚਲੇ ਗਈਆਂ। ਸਾਡੇ ਕੋਲ ਰਿਟਨ ਇਸ ਮਾਮਲੇ ਬਾਰੇ ਕੋਈ ਕੰਪਲੇਂਟ ਨਹੀਂ ਹੈਗੀ। ਇੰਨਾ ਸੁਣਨ 'ਚ ਆਇਆ ਕਿਸੇ ਬੱਚੇ ਨਾਲ, ਇੱਕ 22-23 ਸਾਲ ਦਾ ਮੁੰਡਾ ਸੀਗਾ, ਆਪ ਜੀ ਉਹਦੀ ਤਕਰਾਰ ਵਾਜੀ ਬੱਚੇ ਨੇ ਉਹਦੇ ਪ੍ਰਤੀ ਕਮੈਂਟਸ ਕਰਦੇ ਸੀਗੇ, ਉਸ ਲੜਕੇ ਨਾਲ ਉਹਦੀ ਕਿਆ ਸੁਣੀ ਹੋ ਗਈ, ਉਹਨਾਂ ਉਹਦੇ ਥੱਪੜ ਥੱਪੜ ਮਾਰਤਾ ਸੀਗਾ, ਅਤੇ ਜਿਹੜਾ ਕਮੇਟੀ ਦਾ ਪ੍ਰਧਾਨ ਈਵਨ ਉਹਦੇ ਪੇਰੈਂਟਸ ਵੀ ਬੱਚੇ ਦੇ ਆਏ ਸੀ, ਉਹ ਬਾਹਰ ਹੀ ਕੰਪਰੋਮਾਈਜ਼ ਕਰਕੇ ਚੱਲ ਗਏ।
ਸਾਨੂੰ ਰਿਟਨ ਕੋਈ ਕੰਪਲੇਂਟ ਉਹਨਾਂ ਨੇ ਨਹੀਂ ਅਗਰ ਜੇ ਰਿਟਨ ਕੰਪਲੇਂਟ ਦਿੰਦੇ ਹੈਗੇ ਆ ਤੇ ਅਸੀਂ ਉਹਨੂੰ ਵੈਰੀਫਾਈ ਕਰਕੇ ਜੋ ਇਸ ਪਰ ਲਾਭ ਹੋਊਗਾ ਅਸੀਂ ਕਰਵਾਉਂਦੇ ਹਾਂ ਸਰ ਜੀ ਸਿੰਗਰ ਦਾ ਨਾਂ ਆ ਰਿਹਾ ਸੀ ਉਹਦਾ ਕੋਈ ਬੋਲਤਾ ਹੈ ਨਹੀਂ ਨਹੀਂ ਜੀ ਨਹੀਂ ਸਿੰਗਰ ਦਾ ਕੋਈ ਨਾਂ ਨਹੀਂ ਹੈਗਾ ਜੀ ਸਿੰਗਰ ਦਾ ਸਾਡੇ ਕੋਲ ਵੀ ਕਈਆਂ ਨੇ ਪੁੱਛਿਆ ਹੈਗਾ ਜੀ ਕੋਈ ਸਿੰਗਰ ਦਾ ਨਾਂ ਆ ਰਿਹਾ ਸਿੰਗਰ ਦਾ ਕੋਈ ਨਹੀਂ ਇੱਕ ਆਮ ਬੰਦਾ ਸੀ 22 ਸਾਲ ਦਾ ਲੜਕਾ ਉਹਨੂੰ ਕਿਸੇ ਛੋਟੇ ਬੱਚੇ ਨਾਲ ਬੱਚਾ ਵੀ ਹੈ ਨਹੀਂ 13-14 ਸਾਲ ਦੇ ਲੜਕੇ ਨੇ ਉਹਦੀ ਸ਼ਾਨ ਪ੍ਰਤੀ ਕੋਈ ਗਲਤ ਕਮੈਂਟਸ ਕਰਦੇ ਸੀਗੇ ਇਸ ਕਰਕੇ ਉਹਦੀ ਕਿਹਾ ਸੁਣੀ ਉੱਥੇ ਹੋ ਗਈ ਸੀ ਇਹਦੇ ਵਿੱਚ ਸਿੰਗਰ ਦਾ ਕੋਈ ਰੋਲ ਨਹੀਂ ਹੈਗਾ ਨਾ ਸਾਨੂੰ ਰਿਟਰਨ ਨਹੀਂ ਦਿੱਤਾ ਇਨ ਕੇਸ ਜੇ ਸਿੰਗਰ ਦੀ ਕੋਈ ਗੱਲ ਆਊਗੀ ਜਾਂ ਸਾਨੂੰ ਰਿਟਰਨ ਦੇਣਗੇ ਤਾਂ ਅਸੀਂ ਪੜਤਾਲ ਉਪਰੰਤ ਜੋਗਣ ਦੀ ਕਰਾਂਗੇ ਧੰਨਵਾਦ ਸਕਾਈ ਹਾਕ ਟਾਈਮਸ ਲਈ ਸ਼ਮਿੰਦਰ ਸਿੰਘ ਦੀ ਰਿਪੋਰਟ